ਸ਼੍ਰੀ ਕੁਸ਼ਲ ਰਾਜ ਕਪੂਰ ਸਮਾਜ ਦੇ ਅਜਿਹੇ ਇਨਸਾਨਾਂ ਵਿੱਚੋਂ ਸਨ ਜਿਹੜੇ ਹਮੇਸ਼ਾ ਹੀ ਦੁਨੀਆਂ ਦੇ ਦਿਲਾਂ ਵਿੱਚ ਵਸਦੇ ਰਹਿੰਦੇ ਹਨ, ਚਾਹੇ ਆਪ ਇਸ ਸੰਸਾਰ ਵਿੱਚ ਰਹਿਣ ਚਾਹੇ ਇਸ ਸੰਸਾਰ ਤੋਂ ਚਲੇ ਜਾਣ। ਆਪ ਜੀ ਬਹੁਤ ਹੀ ਨੇਕ ਦਿਲ ਇਨਸਾਨ ਸਨ ਅਤੇ ਹਰ ਸਮੇਂ ਲੋੜਵੰਦਾਂ ਦੀ ਸਹਾਇਤਾ ਲਈ ਤਤਪਰ ਰਹਿੰਦੇ ਸਨ। ਆਪ ਜੀ ਬਹੁਤ ਹੀ ਮਿਹਨਤੀ ਸਨ ਅਤੇ ਆਪ ਜੀ ਨੇ ਆਪਣੀ ਅਣਥਕ ਮਿਹਨਤ ਸਦਕਾ ਉੱਨਤੀ ਹਾਸਿਲ ਕੀਤੀ ਅਤੇ ਖੂਬ ਨਾਮਣਾ ਖਟਿਆ। ਮੌਜੂਦਾ ਸਮੇਂ ਵਿੱਚ ਆਪ ਜੀ ਦੇ ਕਿਰਤ ਅਤੇ ਚੰਗੇ ਸੰਸਕਾਰਾਂ ਦਾ ਲਾਇਆ ਬੂਟਾ ਆਪ ਜੀ ਦੀ ਫੁਲਵਾੜੀ ਵਿੱਚ ਪ੍ਰਫੁੱਲਿਤ ਹੋ ਰਿਹਾ ਹੈ। ਆਪ ਜੀ ਦਾ ਸਮੁੱਚਾ ਪਰਿਵਾਰ ਬਹੁਤ ਹੀ ਮਿੱਠ ਬੋਲੜਾ ਪਰਿਵਾਰ ਹੈ ਅਤੇ ਪਰਮਾਤਮਾ ਦੇ ਭਾਣੇ ਵਿੱਚ ਰਹਿਣ ਵਾਲਾ ਪਰਿਵਾਰ ਹੈ। ਆਪ ਜੀ ਦੇ ਬੱਚੇ ਨੇਕ ਹਨ, ਸੰਸਕਾਰੀ ਹਨ ਅਤੇ ਸਮਾਜ ਵਿੱਚ ਸ਼ਲਾਘਾਯੋਗ ਸਥਾਨ ਰੱਖਦੇ ਹਨ। ਸਭ ਤੋਂ ਵੱਡੀ ਗੱਲ, ਆਪ ਜੀ ਦੇ ਬੱਚੇ ਆਪ ਜੀ ਦੇ ਪਾਏ ਪੂਰਨਿਆਂ ਤੇ ਚੱਲ ਕੇ ਜ਼ਿੰਦਗੀ ਬਸਰ ਕਰ ਰਹੇ ਹਨ ਅਤੇ ਸਮਾਜ ਵਿੱਚ ਨਾਮਣਾ ਖੱਟ ਰਹੇ ਹਨ। ਸ਼੍ਰੀ ਕੁਸ਼ਲ ਰਾਜ ਕਪੂਰ ਹੁਣਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਸ਼੍ਰੀ ਰਾਮ ਹਾਲ ਦੇਵੀ ਤਲਾ ਮੰਦਿਰ ਜਲੰਧਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਪੰਡਿਤ ਜੀ ਵੱਲੋਂ ਜੀਵਨ ਅਤੇ ਮੌਤ ਦੀਆਂ ਸੱਚਾਈਆਂ ਬਾਰੇ ਚਾਨਣਾ ਪਾਇਆ ਅਤੇ ਸਭ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਦਰਸਾਏ ਮਾਰਗ ਤੇ ਚੱਲਣ ਦੀ ਸਿੱਖਿਆ ਦਿੱਤੀ। ਇਸੇ ਸਮੇਂ ਦੇ ਲਈ ਮੁਕਤ ਦੇ ਕਾਰਨ ਜਿਹੜੀ ਵਰਤਾ ਹੈ, ਇਸੇ ਸਮੇਂ ਦੇ ਲਈ ਆਪ ਮਿਲਣ ਹੈ, ਚਾਰ ਗਾਣਾ ਹੈ, ਸਾਡਾ ਦਫ਼ਾ ਕੇ ਸਮਾਨ ਮਹਾਰਾਜ ਸਰਵਣ ਦੇ ਸਮਾਨ ਮਹਾਂਪੁਰਖਾਂ ਦੇ ਆਗਾਜ਼ ਦੇ ਵਿੱਚ ਖੜੇ ਹੈ। ਕਿਆ ਸੇਵਾ ਕੀ ਦੇਵਤਾ ਜੀ ਸਭ ਜਿਸ ਦਾ ਪ੍ਰਸੰਨ ਲਾ ਕਰਦੇ ਨੇ, ਲੇਕਿਨ ਆ ਪਰਿਵਾਰ ਹੈ ਜਿਸਨੂੰ ਦੁੱਖ ਹੋਇਆ ਆਪਾਂ ਨੂੰ ਥੋੜ੍ਹਾ ਸਮੁੱਚ ਨਹੀਂ ਦੇ ਜਿੰਦਗੀ ਕੇ ਸਾਥ ਇੱਕ ਵਾਰ ਮਿਲ ਜਾਂਦੇ ਤੇ ਕਿਹਾ ਹੈ ਤੇ ਸਭ ਉਹ ਕੀ ਦਿਖਾਈ ਦੇ ਆਪ ਦੇ ਵਿੱਚ ਦਿਖਾਈ ਦੇ ਦੇ ਆਸੇ ਵਾਲੇ ਦੇ ਵਿੱਚ ਸੰਸਾਰ ਦੇ ਵਿੱਚ ਸਭ ਤੋਂ ਵੱਡਾ ਪਰਿਵਾਰ ਹੈ। ਲੇਕਿਨ ਭਗਵਾਨ ਕਹਿੰਦੇ ਨੇ ਐਸਾ ਪਰਿਵਾਰ ਦੁੱਖ ਹੋਤਾ ਹੈ ਸੰਸਾਰ ਦੇ ਵਿੱਚ, ਫਿਰ ਕਦੇ ਸਮੇਂ ਹੋਤਾ ਹੈ ਸਭ ਵਿੱਚ ਜਦ ਸੰਸਾਰ ਦੇ ਛੋਟਾ ਵੀ ਪੰਜ ਤੱਤਵੋਂ ਕਾ ਇਹ ਬਣਾ ਹੋਇਆ ਸੰਸਾਰ ਹੈ, ਪੰਜ ਤੱਤਵੋਂ ਕਾ ਇਹ ਸਰੀਰ ਹੈ, ਇਸ ਨੂੰ ਕੋਈ ਨਾ ਜਗ੍ਹਾ ਦੀ ਜਾਤੀ ਲੱਗਦੀ ਹੈ। ਲੇਕਿਨ ਭਗਵਾਨ ਕਹਿੰਦੇ ਨੇ ਮਨ ਮਾਇਆ ਸੰਭਵ ਸੰਸਾਰ ਔਰ ਜੀਵ ਚਰਾਚ ਵਿਵਤ ਪ੍ਰਕਾਰ ਸਭ ਮਨ ਪ੍ਰਿਯ ਹਰ ਵਸਤੂ ਸੰਸਾਰ ਵਿੱਚ ਚਲਾ ਜਾਂਦਾ,
सब देते जरा कि सब प्राप्त हो जाते हैं, लेकिन भाई को भाई बड़ा खराब है। ऐसा संकल्प भाई देखो शास्त्र ये कहते हैं, भगवान का भजन भी होगा अंत समय अपने प्राण के प्रकार को देता है, जैसे सांप के लिए भी छोड़ कर देता है। पकड़ लिया रिश्तेदार आए हुए हैं, तो इन्हीं शब्दों के साथ